मम्मी जी चाय बना दो प्लीज, मैं फ्रेश होके आई। बाबू जी सारा दिन काम तो थके आ रही ना, इथे ना यही हाल चली जांदा। कोई ना, चलो मैं कर दांगा, तुसी बैठो। कोई ना बीबी, मैं देख लैनु, देखना कर ना गल। बिलकुल भी आसरा नहीं है। मैं बस फैसला कर रहा, या ओ रहेंगे या मैं रहेंगे, हुण ए थोड़े ते है। मैं तां थोड़े रोज दे कलेश तो दुखी होया पिया यार, सांभो बच्चे नूं यार। बापू बेबे पिछले साल तेन पता नहीं किन्ने मैं डिप्रेशन च रहा, यही गल सी। घर वाली को बैठो मां प्यो गुस्से, मां प्यो को बैठो घर वाली गुस्से। मैं एक हल जो मैं करके बहुत खुश हां। बी हल एक मम्मी डैडी छोड़ो एज केयर, एज केयर हां। घर वाली घरे रहो, बच्चों वधिया थोड़ा टाइम निकलूगा। हफ्ते बाद जाओ, 15 दिन बाद जाओ, उन्होंने को 10 मिनट बैठो, खुशी ना जाओ ते बस आ जाओ मुड़ के। सारा हफ्ता घर वाली भी खुश, मां प्यो यार ना यार मैं इस चीज बारे सोच नहीं सकता। वीरे एदू वधिया कोई हल है नहीं, आही कुछ रहना घर च। चल वैसे आइडिया तो तेरा वधिया लगता, ठीक लगता, मैं कर दा जाके गल। आ जाओ ते आ थोड़ा कमरा। हाँ जी बह जाओ, ते तुसी हुण इत्थे ही रहना, ठीक है जी, यही थोड़ा घर है, ठीक है। मैं गेड़ा मारदा रहूँ, मिलता रहूँगा थोनू, ठीक है जी। इत्थे ही रहना, ये थोड़ा समान रखता, ते मैं गेड़ा मारदा रहूँ, मिलता रहूँगा थोनू। हाँ जी हाँ जी, कोई ना, चलो ठीक है, मैं चलता। बार खेडदे पे तुसी दसो किद्दां आउणा होया। बस भाई मैं काफी दिन हो गए बेबे बापू नूं मिलिए, भी मिले भी नहीं, के बेबे बापू नहीं दिखदे, किथे ने ओ? ओथे ने जिथे उहनां नूं होणा चाहीदा सी। होणा चाहीदा मतलब? चाह पियो तुसी। किथे ने बेबे बापू? ओ बिरध आश्रम गए। बिरध आश्रम गए? हां भाई, ओ बस तू बैठ एक मिनट, कोई ना करदे गल, ते ओ बैठ तां सही सही है। बैठण दी गल छड्डो, तुसी सोच किवें लिया? मैं तैनूं दसदा, मैं तैनूं समझाउणा, बड़ा क्लेश चलदा। तुसी भोरा सोचिया वी है, एज के छड्डता, चल जे खड़ा हो यार, असीं नहीं। मैं तैनूं समझाउणा, अपनी चाह अपने कोल भाई, हो गया यार, छोटे भी रुक जा, मैं तैनूं समझाउणा। दस तां बहुत क्लेश चलदा घर दे विच यार, रुक जा छोटे भी। ई
ਦੁਖੀ ਹੈ ਯਾਰ, ਮਨ ਬਹੁਤ ਜ਼ਿਆਦਾ ਦੁਖੀ ਹੈ ਬਾਈ ਮੇਰਾ। ਆਪਦੇ ਮਾਂ ਪਿਓ ਵੀ ਕੋਈ ਛੱਡ ਦੂੰਗਾ, ਆਪਦੇ ਹੀ ਮਾਂ ਪਿਓ ਬਾਈ। ਕੋਈ ਗੱਲ ਨਹੀਂ ਛੋਟੇ ਵੀਰ, ਆਪਾਂ ਚੱਲਦੇ ਹਾਂ, ਬੇਬੇ ਬਾਪੂ ਨੂੰ ਆਪਾਂ ਆਪਣੇ ਕੋਲ ਰੱਖਾਂਗੇ। ਚਲੋ ਚੱਲਦੇ ਹਾਂ ਆਪਾਂ ਲੈਣ। ਚੱਲ ਵੀਰੇ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਿਆਲ ਜੀ, ਹੋਰ ਜੀ ਵਧੀਆ ਵਧੀਆ, ਕਹਿਣਾ ਖੇਤਾ ਹਾਂ ਠੀਕ ਵਧੀਆ। ਹੋਰ ਕਿਵੇਂ ਹੋ ਜੀ? ਚਲੋ ਵਧੀਆ ਜੀ, ਮੈਂ ਹੁਣ ਤੁਹਾਨੂੰ ਲੈਣ ਆਇਆ। ਹੋਰ ਬੱਚੇ ਠੀਕ? ਚਲ ਕੋਈ ਨਹੀਂ, ਪੁੱਤ ਆਪਾਂ ਇੱਥੇ ਠੀਕ, ਸਭ ਠੀਕ ਹੈ ਜੀ। ਨਹੀਂ ਮੈਂ ਜੀ ਤੁਹਾਨੂੰ ਲੈਣ ਆਇਆ, ਤੁਸੀਂ ਮੇਰੇ ਨਾਲ ਚੱਲੋਗੇ ਤੇ ਮੇਰੇ ਨਾਲ ਰਹੋਗੇ ਜੀ? ਸਮਾਨ ਚੱਕੋ, ਚਲੋ ਤੁਸੀਂ ਮੇਰੇ ਨਾਲ ਚੱਲਣਾ ਬਸ। ਚਲੋ ਜੀ, ਚਲੋ ਆਓ ਬਾਪੂ ਜੀ, ਚੱਲੀਏ। ਜੇ ਤੁਸੀਂ ਕਹਿੰਦੇ ਹੋ ਮਾਤਾ, ਚਲੋ ਮੈਂ ਚੱਲਦਾ, ਬੱਚਿਆਂ ਨੂੰ ਮਿਲਾ ਲੈਂਦਾ ਤੁਹਾਨੂੰ, ਜਿਵੇਂ ਤੁਹਾਡਾ ਜੀ ਕਰੇ। ਘਬਰਾਵਾ, ਇੱਥੇ ਰਹਿਣ ਨੀ ਆਏ, ਇੱਥੇ ਰੁਕਣਗੇ ਨੀ, ਰੁਕਣਗੇ ਤਾਂ ਮੇਰੇ ਕੋਲ। ਕਹਿੰਦੇ ਨੇ ਨਾ ਵੀ ਮੂਲ ਲਾੜੋ ਵਿਆਜ ਪਿਆਰਾ, ਇਹਨਾਂ ਨੂੰ ਬੱਚਿਆਂ ਦਾ ਮੋਹ ਖਿੱਚ ਲਿਆ ਇੱਥੇ। ਫਿਕਰ ਹੀ ਛੱਡ ਦਿਓ ਤੁਸੀਂ, ਭੋਰਾ ਹੀ ਨਾ ਫਿਕਰ ਕਰੋ। ਨਾਲੇ ਭਾਬੀ ਜੀ, ਮੈਨੂੰ ਤੁਹਾਡੇ ਤੋਂ ਨਾ ਇੱਕ ਗੁੱਸਾ, ਫਰਜ਼ ਕਰੋ ਜੀ ਤੁਹਾਡੇ ਮਾਂ ਪਿਓ ਇੱਥੇ ਹੁੰਦੇ, ਜੇ ਉਹ ਵੀ ਇੱਦਾਂ ਹੀ ਕਰਦੇ, ਕੀ ਤੁਸੀਂ ਇਹੀ ਸਲੂਕ ਕਰਦੇ? ਚਲੋ ਵੀਰੇ, ਮੰਨ ਲੈ ਜੋ ਭਰਜਾਈ ਨੇ ਕਰਤਾ, ਤੁਸੀਂ ਆਪਣੀ ਬੁੱਧੀ ਤੁਸੀਂ ਬਿਲਕੁਲ ਨਹੀਂ ਵਰਤੀ। ਤੁਹਾਡੇ ਭੋਰਾ ਵੀ ਦਿਮਾਗ 'ਚ ਨਹੀਂ ਆਏ, ਕਿਸੇ ਨੇ ਤੁਹਾਨੂੰ ਕਹਿ ਤਾ ਵੀ ਆਪਣੇ ਮਾਂ ਪਿਓ ਬ੍ਰਿਧ ਆਸ਼ਰਮ ਵਿੱਚ ਛੱਡ ਦਿਓ, ਏਜ ਕੇਅਰ 'ਚ ਛੱਡ ਦਿਓ? ਤੁਸੀਂ ਕਹਿੰਦੇ ਛੱਡ ਤਾ, ਸਾਰੀ ਉਮਰ ਆਪ ਗਿੱਲੇ ਦੇ ਸੁੱਤੇ ਰਹੇ, ਤੇ ਤੁਹਾਨੂੰ ਭੋਰਾ ਵੀ ਆਸ਼ ਨਹੀਂ ਆਣ ਦਿੱਤੀ, ਤੇ ਬਾਪੂ ਵਰਗਿਆਂ ਨੇ ਕਰਜ਼ੇ ਚੁੱਕ ਚੁੱਕ ਕੇ ਤੁਹਾਨੂੰ ਇੱਥੇ ਘੱਲਿਆ, ਤੁਹਾਡੀਆਂ ਜ਼ਿੰਦਗੀਆਂ ਬਣਾ ਦਿੱਤੀਆਂ, ਅੱਗੇ ਤੁਹਾਡੇ ਘਰ ਕਾਰਾਂ ਮਹਿਲ ਕਿੰਨੇ ਚੀਜ਼ਾਂ ਖੜੀਆਂ ਕਰਤੀਆਂ। ਤੁਹਾਨੂੰ ਭੋਰਾ ਉਦੋਂ ਵੀ ਭੋਰਾ ਵੀ ਨਹੀਂ ਸੋਚਿਆ ਤੁਸੀਂ ਵੀਰੇ ਤੇ ਭਾਬੀ ਜੀ? ਹਜੇ ਵੀ ਡੁੱਲੇ ਮੇਰਾ ਨਾਲ ਕੁਛ ਨਹੀਂ ਹੋਇਆ, ਕੁਛ ਨਹੀਂ ਵਿਗੜਿਆ, ਬਾਕੀ ਮਰਜ਼ੀ ਤੁਹਾਡੀ ਹੈ, ਤੁਸੀਂ ਕਰਨਾ ਕੀ। ਬਾਪੂ ਜੀ ਮਾਫ਼ ਕਰ ਦਿਓ ਸਾਨੂੰ, ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਬੀਬੀ, ਮਾਫ਼ ਕਰ ਦਿਓ, ਗਲਤੀ ਹੋ ਗਈ, ਸਾਤੋਂ ਅਸੀਂ ਆਪਣਾ ਰੱਬ ਨੂੰ ਸਾ ਲਿਆ ਸੀ, ਗਲਤੀ ਹੋ ਗਈ। ਬਹੁਤ ਬਹੁਤ ਧੰਨਵਾਦ ਵੀਰ ਮੇਰੇ, ਤੇ ਸਾਡੀਆਂ ਅੱਖਾਂ ਖੋਲ ਗਈਆਂ। ਬਹੁਤ ਵਧੀਆ ਗੱਲ ਹੈ ਬਾਈ, ਤੁਹਾਡਾ ਪਰਿਵਾਰ ਦੁਬਾਰਾ ਤੋਂ ਮੁੜ ਕੇ ਫਿਰ ਇਕੱਠਾ ਹੋ ਗਿਆ, ਬਹੁਤ ਵਧੀਆ।